ਆਪਦੀ ਸਰਕਾਰ ਆਪਦੇ ਦੁਆਰ ਪ੍ਰੋਗਰਾਮ ਦੇ ਤਹਿਤ ਆਰੀਆ ਸਮਾਜ ਮੰਦਿਰ ਹੁਸ਼ਿਆਰਪੁਰ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਇਲਾਕਾ ਨਿਵਾਸੀਆਂ ਨੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲਿਆ ਅਤੇ ਕੈਂਪ ਦੇ ਆਯੋਜਨ ਲਈ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕੈਂਪ ਦੇ ਵਿੱਚ ਆਏ ਇੱਕ ਬਜ਼ੁਰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਨਤਾ ਲਈ ਬਣਾਏ ਗਏ ਜਨਤਕ ਬਾਥਰੂਮਾਂ ਦਾ ਪ੍ਰਯੋਗ ਕਰਨ ਵਾਲੇ ਲੋਕਾਂ ਲਈ ਇਹ ਸੇਵਾਵਾਂ ਮੁਫ਼ਤ ਹੋਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੇ ਕੁਝ ਹੋਰ ਮੰਗਾਂ ਬਾਰੇ ਵੀ ਦੱਸਿਆ। ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਮੇਰਾ ਕੰਮ ਆਇਆ ਜੀ ਕਿ ਲੇਡੀਜ਼ ਕੋਲੋਂ ਬਾਥਰੂਮ ਜੋ ਜਿਹੜਾ ਬੱਸ ਸਟੈਂਡ ਹੈ ਉਹਦੇ 'ਚ 5 ਰੁਪਏ ਹਰ ਲੇਡੀ ਕੋਲੋਂ ਪਿਸ਼ਾਬ ਕਰਨ ਦੇ ਲੈਂਦੇ ਆ, ਜਿਹੜਾ ਗੈਰ ਕਾਨੂੰਨੀ ਹੈ। ਪਿਸ਼ਾਬ ਫਰੀ ਹੋਣਾ ਚਾਹੀਦਾ, ਲੇਕਿਨ ਉਹ ਜ਼ਬਰਦਸਤੀ ਹਰ ਔਰਤ ਕੋਲੋਂ ਕਹਿੰਦੇ ਤੂੰ ਲੈਟਰਿੰਗ ਕੀਤੀ ਹੈ, ਸਾਡਾ ਕੋਈ ਮਤਲਬ ਨਹੀਂ, ਤੂੰ ਪਿਸ਼ਾਬ ਕੀਤਾ 5 ਰੁਪਏ ਦੇ ਕੇ ਜਾ। ਉਹ ਹਾਲਾਂਕਿ ਕਾਨੂੰਨ ਦੇ ਤੌਰ 'ਤੇ ਬਾਥਰੂਮ ਫਰੀ ਹੈ, ਆਦਮੀਆਂ ਨੂੰ ਬਾਥਰੂਮ ਫਰੀ ਹੈ, ਲੇਕਿਨ ਉਹ ਐਡੇ ਬਦਮਾਸ਼ ਹੈ ਕਿ ਉਹ ਹਰ ਔਰਤ ਕੋਲੋਂ ਛੋਟੇ ਤੋਂ ਛੋਟੇ ਬੱਚੇ ਵਿਚਾਰੇ ਪਿੰਡਾਂ ਵਿੱਚੋਂ ਲੋਕ ਬੱਚੇ ਕਿੰਨੀ ਕਿੰਨੀ ਦੂਰੋਂ ਆਉਂਦੇ ਆ, ਉਹ ਉਹਨਾਂ ਕੋਲੋਂ ਜ਼ਬਰਦਸਤੀ 5 ਰੁਪਏ ਹਰ ਪਿਸ਼ਾਬ ਲੈਂਦੇ ਆ। ਇੱਕ ਪੁਆਇੰਟ ਇਹ, ਦੂਸਰਾ ਜਿਹੜਾ ਪਿੰਕ ਪੁਆਇੰਟ ਹੈ, ਜਿਹੜਾ ਪਿੰਕ ਟੋਇਲਟ ਹੈ, ਪਿੰਕ ਟੋਇਲਟ ਦੇ ਵਿੱਚ ਜਨਾਨੀਆਂ ਭਰਤੀ ਕੀਤੀਆਂ ਨਹੀਂ, ਆਦਮੀ ਭਰਤੀ ਕੀਤੇ ਹੋਏ ਆ, ਉਹ ਬੈਠੇ ਉੱਥੇ ਜੂਆ ਸ਼ਰਾਬ ਕਿਸੇ ਕੰਮ ਕਰਦੇ, ਸਾਰੇ ਧਿਆਨ ਰੱਖਦੇ ਨਹੀਂ ਕੰਮ ਦਾ। ਹਾਂਜੀ, ਇਹ ਸ਼ਿਕਾਇਤ ਇੱਕ ਤਾਂ ਜਨਰਲ ਮੈਨੇਜਰ ਕੀਤੀ ਇਹਨੂੰ ਬੱਸ ਸਟੈਂਡ ਵਾਲੇ ਨੂੰ, ਹਾਂਜੀ, ਇਹ ਕੀਤੀ ਹੈ ਕਾਰਪੋਰੇਸ਼ਨ ਨੂੰ, ਉੱਥੇ ਲਿਖਿਆ ਵੀ ਤੁਸੀਂ ਕੁਛ ਜਿਹੜੇ ਪਿੰਕ ਟੋਇਲਟ ਬਣਾਏ ਆ ਉਹਨਾਂ ਦੇ ਉੱਪਰ ਵੱਡੇ ਨਾਮ ਕਰਕੇ ਲਿਖੋ, ਲੋਕਾਂ ਨੂੰ ਪਤਾ ਹੀ ਨਹੀਂ ਪਿੰਕ ਟੋਇਲਟ ਬਣਿਆ ਕੋਈ। ਕੀ ਕਹਿਣਾ ਇਹਨਾਂ ਦਾ? ਹਾਂਜੀ, ਕੀ ਕਹਿਣਾ ਜੀ ਉਹਨਾਂ ਦਾ? ਉਹ ਕਹਿੰਦੇ ਜੀ ਇਹਦੇ ਬਾਰੇ ਸੋਚਦੇ ਹਾਂ। ਹਾਂਜੀ, ਬਾਕੀ ਇੱਕ ਮੈਂ ਹੋਰ ਲਿਖਿਆ ਕਿ ਜਿਹੜਾ ਭਰਵਾਈ ਰੋਡ ਹੈ, ਭਰਵਾਈ ਰੋਡ ਤੋਂ ਤੁਸੀਂ ਅੱਗੇ ਜਾ ਕੇ ਮਿਲਕ ਪਲਾਂਟ ਆ ਜਾਂਦਾ, ਮਿਲਕ ਪਲਾਂਟ ਤੋਂ ਅੰਬੇ ਵੈਲੀ ਦੀ ਜਿਹੜੀ ਮੇਨ ਰੋਡ ਹੈ ਉਹ ਨੈਸ਼ਨਲ ਹਾਈਵੇ ਨੰਬਰ 70 ਹੈ, ਉਹ ਜਿਹੜਾ 70 ਹੈ ਉਹ ਅੱਗੇ ਜਾ ਕੇ ਸੱਜੇ ਹੱਥ ਬਹੁਤ ਤਿੱਖਾ ਮੋੜ ਮੁੜਦਾ, ਉਹ ਤਿੱਖਾ ਮੋੜ ਨਹੀਂ ਮੁੜਨਾ ਚਾਹੀਦਾ। ਜਿਹੜਾ ਨੈਸ਼ਨਲ ਹਾਈਵੇ ਹੈ ਉਹ ਸਿੱਧਾ ਅੱਜੋਵਾਲ ਤੋਂ ਸਿੱਧੀ ਨਿਕਲ ਕੇ ਜਿਹੜਾ ਭਰਵਾਈ ਰੋਡ ਨੂੰ ਜਾ ਕੇ ਜੋੜਨਾ ਚਾਹੀਦਾ, ਉਹ ਸਿੱਧੇ ਹੱਥ ਮੁੜ ਕੇ 30 ਡਿਗਰੀ ਦੇ ਐਂਗਲ ਬਣਦਾ, ਉਹ ਐਂਗਲ ਬਿਲਕੁਲ ਗਲਤ ਐਂਗਲ ਹੈ। ਇਹ ਪੁਆਇੰਟ ਮੈਂ ਰੇਜ਼ ਕੀਤੇ ਆ, ਸ਼ਿਕਾਇਤ ਕੀਤੀ ਹੈ, ਅਤੇ ਦੇਖੋ ਅੱਗੇ ਗੌਰਮੈਂਟ ਦੀ ਮਰਜ਼ੀ ਹੈ। ਉੱਪਰ ਮਿਲਕ ਪਲਾਂ ਅੱਗੇ ਇਹਨਾਂ ਨੇ ਉਹ ਲਗਾਏ ਹੋਏ ਹੈ, ਪਿੰਕ ਟੋਇਲਟ ਲਿਖਿਆ ਆ, ਲੇਕਿਨ ਇੰਨਾ ਛੋਟਾ ਲਿਖਿਆ ਕਿਸੇ ਨੂੰ ਪਤਾ ਹੀ ਨਹੀਂ ਮਿਲਕ ਪੁਆਇੰਟ ਕੋਈ ਮਤਲਬ ਪਿੰਕ ਪੁਆਇੰਟ ਵੀ ਕੋਈ ਆ, ਪਿੰਕ ਟੋਇਲਟ ਨਾਂ ਨਹੀਂ ਗਲਤ ਆ, ਉੱਥੇ ਮੁਫ਼ਤ ਪਿਸ਼ਾਬ ਕਰ ਔਰ ਮੁਫ਼ਤ ਟੋਇਲਟ ਵਾਲੇ ਬੋਰਡ ਲੱਗਣੇ ਚਾਹੀਦੇ ਆ, ਅਤੇ ਉੱਥੇ ਜਨਾਨੀਆਂ ਹੋਣੀਆਂ ਚਾਹੀਦੀਆਂ, ਆਦਮੀਆਂ ਦੇ ਪਿੰਕ ਟੋਇਲਟ ਜਿਹੜੇ ਜਨਾਨੀਆਂ ਦੇ ਆ ਉਹ ਜਨਾਨੀਆਂ ਦੇ ਹੋਣੇ ਚਾਹੀਦੇ, ਉੱਥੇ ਆਦਮੀ ਦੇ ਹੋਣੇ ਚਾਹੀਦੇ, ਉਹ ਆਦਮੀ ਉੱਥੇ ਬੈਠੇ ਸਿਗਰਟ ਬੀੜੀਆਂ ਸ਼ਰਾਬ ਨਸ਼ਾ ਉੱਥੇ ਬੈਠੇ ਕਰੀ ਜਾਂਦੇ ਆ, ਉਹ ਕੋਈ ਸੁਣਦਾ ਨਹੀਂ ਪਿਆ। ਜਨਾਨੀਆਂ ਔਰਤਾਂ ਵੀ ਡਰਦੀਆਂ? ਹਾਂ, ਜਨਾਨੀਆਂ ਔਰਤਾਂ
ਨਹੀਂ ਕੰਮ ਨਹੀਂ ਕਰਦੀਆਂ, ਆਦਮੀ ਬੈਠੇ ਆ ਉਹੀ ਉਸੀ ਕਰਕੇ ਔਰਤਾਂ ਆਉਂਦੀਆਂ ਨੀ, ਉਹ ਕਹਿੰਦੇ ਉੱਥੇ ਬੀੜੀਆਂ ਪੀ ਜਾਂਦੇ ਆ, ਨਸ਼ੇ ਕਰੀ ਜਾਂਦੇ ਆ, ਅਤੇ ਉਸ ਚੀਜ਼ ਦਾ ਕੋਈ ਧਿਆਨ ਨਹੀਂ ਦੇ ਰਿਹਾ। ਅਤੇ ਬਾਕੀ ਸਾਫ਼ ਸਫਾਈ 'ਚ ਲਾਪਰਵਾਹੀ ਕਰਦੇ ਹੀ ਹੈ ਜਿਹੜੀ ਉਹ ਕਰਦੇ ਆ, ਕਹਿੰਦੀਆਂ ਹੈ। ਬਾਕੀ ਹੋਰ ਵੀ ਡਿਟੇਲ ਲੈਟਰ ਲਿਖ ਕੇ ਦਿੱਤਾ ਹੈ, ਅਤੇ ਹੁਣ ਉਹਦੇ ਬਾਰੇ ਕੀ ਕਰਦੇ ਆ। ਨੈਸ਼ਨਲ ਹਾਈਵੇ ਦਾ ਪੁਆਇੰਟ ਬਹੁਤ ਜ਼ਰੂਰੀ ਹੈ, ਉਹ ਐਂਗਲ ਜਿਹੜਾ 30 ਡਿਗਰੀ ਦਾ ਬਹੁਤ ਹੀ ਸ਼ਾਰਪ ਐਂਗਲ ਹੈ, ਬਹੁਤ ਹੀ ਖਤਰਨਾਕ ਐਂਗਲ ਹੈ, ਉਹ ਐਂਗਲ ਜਿਹੜਾ ਉਹ ਠੀਕ ਹੋਣਾ ਚਾਹੀਦਾ, ਸਿੱਧਾ ਉਹਦੇ ਨੂੰ ਪਾਸੇ ਜਾਣਾ ਚਾਹੀਦਾ। ਕੰਮ ਕੀ ਕਰਦੇ ਜੀ? ਮੈਂ ਤਾਂ ਬਿਜ਼ਨਸ 'ਚੋਂ ਰਿਟਾਇਰਡ ਹਾਂ, ਹੁਣ ਬਿਜ਼ਨਸ 'ਚੋਂ ਬਿਜ਼ਨਸ ਪਹਿਲਾਂ ਵਪਾਰ ਕਰਦੇ ਸੀ ਨਾ ਬਾਪਾ, ਹੁਣ ਵੀ ਮੇਰਾ ਬੇਟਾ ਕਰਦਾ, ਸਾਡੀ ਫੈਕਟਰੀ ਹੈ, ਦਿੱਲੀ ਕੰਮ ਹੈ, ਚਾਈਨਾ ਕੰਮ ਹੈ, ਹੋਰ ਵੀ ਕੰਮ ਹੈ। ਵੈਸੇ ਸ਼ੌਕੀਆ ਤੌਰ 'ਤੇ ਸੋਸ਼ਲ ਵਰਕ ਦਾ ਕੰਮ ਵੀ ਕਰਦਾ, ਮੈਂ ਸਭ ਜਗ੍ਹਾ ਕੰਪਲੇਂਟਾਂ ਪਾਈਆਂ ਪਰ ਸੁਣਵਾਈ ਕੋਈ ਨਹੀਂ ਕਰ ਰਹੀ। ਮੇਰਾ ਨਾਮ ਬਿਮਲਾ ਦੇਵੀ, ਬਹਾਦਰਪੁਰ ਹੁਸ਼ਿਆਰਪੁਰ। ਇਹ ਸੀ ਵੀ ਉਹ ਪਛੜੀ ਸ਼੍ਰੇਣੀ ਦਾ ਇੱਕ, ਅਤੇ ਇੱਕ ਹੋਰ ਆ ਮੇਰੇ ਘਰ ਵਾਲੇ ਨਾਲ ਕਰਦੇ ਪਏ ਆ ਇੱਧਰ। ਨਮਸਕਾਰ ਸਾਥੀਓ, ਮੈਂ ਅਜੇ ਕੁਮਾਰ ਵਰਮਾ ਆਮ ਆਦਮੀ ਪਾਰਟੀ ਦਾ ਮੈਂਬਰ ਬੋਲ ਰਿਹਾ। ਅੱਜ ਸਾਡੇ 34 ਨੰਬਰ ਵਾਰਡ ਦੇ ਵਿੱਚ ਅੱਜ ਬੜਾ ਪੰਜਾਬ ਸਰਕਾਰ ਵੱਲੋਂ ਘਰ ਘਰ ਜਿਹੜੀ ਮੁਹਿੰਮ ਆ ਹਰ ਉਹ ਅੱਜ ਸਾਡੇ 34 ਨੰਬਰ ਵਾਰਡ 'ਚ ਮੁਹਿੰਮ ਸ਼ੁਰੂ ਹੋਈ ਹੈ, ਜਿਸ ਦੇ ਵਿੱਚ ਲੋਕਾਂ ਦੀ ਪੈਨਸ਼ਨਾਂ, ਜਨਮ ਸਰਟੀਫਿਕੇਟ ਵਗੈਰਾ, ਕਿਸੇ ਰਾਸ਼ਨ ਕਾਰਡ ਵਗੈਰਾ, ਹੋਰ ਸਰਕਾਰੀ ਕੰਮਾਂ ਬਿਜਲੀ ਮਹਿਕਮੇ ਦੇ ਅਤੇ ਹੋਰ ਕਈ ਤਰ੍ਹਾਂ SC ਦੇ ਸਰਟੀਫਿਕੇਟ, ਇਹ ਸਾਰੇ ਸੁਵਿਧਾ ਮੌਕੇ 'ਤੇ ਦਿੱਤੀ ਜਾਂਦੀਆਂ ਪਈਆਂ ਹੈਗੀਆਂ। ਸੋ ਅੱਜ ਅਸੀਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕਰਕੇ ਲੋਕਾਂ ਦੇ ਕੰਮਾਂ ਨੂੰ ਬੜਾ ਈਜ਼ੀ ਬਣਾਇਆ ਹੈਗਾ ਵਾ, ਔਰ ਲੋਕਾਂ ਨੂੰ ਆਪਣੇ ਘਰ 'ਤੇ ਬੈਠਿਆ ਹੀ ਉਹਨਾਂ ਸਹੂਲਤਾਂ ਦਿੱਤੀਆਂ ਹੈਗੀਆਂ। ਸੋ ਅਸੀਂ ਆਸ ਕਰਦੇ ਪੰਜਾਬ ਸਰਕਾਰ ਤੋਂ, ਭਗਵੰਤ ਮਾਨ ਜੀ ਕੋਲੋਂ, ਕਿ ਅੱਗੇ ਵੀ ਇਹ ਭਵਿੱਖ ਵਿੱਚ ਉਹ ਇਸ ਤਰ੍ਹਾਂ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਬੜੇ ਰੱਖ ਕੇ ਕਰਨਗੇ, ਔਰ ਲੋਕਾਂ ਦੀ ਸਹੂਲਤਾਂ ਵਾਸਤੇ ਘਰ ਘਰ ਹਰੇਕ ਚੀਜ਼ ਸ਼ੁਰੂ ਕਰਨਗੇ। ਜਿਸ ਤਰ੍ਹਾਂ ਹੁਣ ਭਗਵੰਤ ਮਾਨ ਜੀ ਨੇ ਰਾਸ਼ਨ ਦਾ ਵਿਤਰਨ ਕਰਨ ਦਾ ਕੰਮ ਸ਼ੁਰੂ ਕੀਤਾ ਵਾ, ਉਹਨਾਂ ਨੂੰ ਲੋਕਾਂ ਨੂੰ ਬੜੀ ਸਹੂਲਤਾਂ ਮਿਲੀ ਹੈਗੀਆਂ ਕਿ ਘਰ ਘਰ ਉਹਨਾਂ ਰਾਸ਼ਨ ਜਿਹੜਾ ਵਿਤਰਨ ਹੋਣਾ ਵਾ। ਜਿਹੜੇ ਬਜ਼ੁਰਗ ਲੋਕ ਹੈਗੇ ਆ, ਬਜ਼ੁਰਗ ਲੋਕਾਂ ਨੂੰ ਬੜੀ ਸਹੂਲਤ ਆ ਕਿ ਜਿਹੜੇ ਆਪਣੇ ਡਿਪੂਆਂ 'ਤੇ ਜਾ ਕੇ ਲਾਈਨਾਂ 'ਚ ਲੱਗਦੇ ਸੀਗੇ, ਅੱਜ ਉਹਨਾਂ ਘਰ ਬੈਠੇ ਹੀ ਉਹਨਾਂ ਨੂੰ ਜਾਂ ਆਟਾ ਜਾਂ ਕਣਕ ਦਾ ਸੁਵਿਧਾ ਉਹਨਾਂ ਨੂੰ ਮਿਲ ਸਕਦੀ ਹੈਗੀ ਆ। ਇਸੇ ਤਰ੍ਹਾਂ ਕਈ ਹੋਰ ਸੁਵਿਧਾ ਉਹਨਾਂ ਨੂੰ ਦਿੱਤੀਆਂ ਹੈਗੀਆਂ। ਸੋ ਅਸੀਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਆਮ ਵੱਡੇ ਵੱਲੋਂ, ਆਪਣੇ ਵਾਰਡ ਨੰਬਰ 34 ਵੱਲੋਂ, ਸ਼ਹਿਰ ਵਾਸੀ ਵੱਲੋਂ। ਸੋ ਬਹੁਤ ਬਹੁਤ ਧੰਨਵਾਦ ਜੀ। ਹੈਲੋ ਐਵਰੀਵਨ, ਮੈਂ ਪਰਮਿੰਦਰ ਕੌਰ, ਡੋਗਰਾ ਪੈਰਾਮੈਡੀਕਲ ਗੁਰੂਕੁਲ ਹੁਸ਼ਿਆਰਪੁਰ ਦੇ ਐਡਮਿਸ਼ਨ ਸੈੱਲ ਤੋਂ ਤੁਹਾਨੂੰ ਗੁਰੂਕੁਲ ਵਿੱਚ ਕਰਵਾਏ ਜਾਂਦੇ ਪੈਰਾਮੈਡੀਕਲ ਕੋਰਸਿਸ ਬਾਰੇ ਜਾਣੂ ਕਰਵਾਵਾਂਗੀ, ਜਿਨ੍ਹਾਂ ਵਿੱਚੋਂ ਮੁੱਖ ਕੋਰਸ ਲੈਬੋਰਟਰੀ, ਐਕਸਰੇ, OT, ਪੇਸ਼ੈਂਟ ਕੇਅਰ, ਕਾਰਡੀ ਕੇਅਰ, ਡਾਇਲਸਿਸ, ਹੋਸਪਿਟਲ ਮੈਨੇਜਮੈਂਟ, ਓਪਥੈਲਮਿਕ। ਇਸ ਤੋਂ ਇਲਾਵਾ ਡਿਪਲੋਮਾ ਇਨ ਫਿਜ਼ੀਓਥੈਰੇਪੀ, ਡੂਰੇਸ਼ਨ 2 ਈਅਰਸ, ਐਲੀਜੀਬਿਲਟੀ 10th ਐਂਡ ਪਲੱਸ 2, ਅਤੇ ਪ੍ਰੈਕਟੀਸ਼ਨਰ ਦੇ ਲਈ CMSED ਕੋਰਸ, ਜੋ ਕਿ WHO ਤੋਂ ਮਾਨਤਾ ਪ੍ਰਾਪਤ ਹੈ, ਜਿਸ ਦੀ ਡੂਰੇਸ਼ਨ 18 ਮੰਥ ਹੈ। ਇਸ ਨੂੰ ਕਰਨ ਦੀ ਐਲੀਜੀਬਿਲਟੀ ਮੈਕਸੀਮਮ 10th ਪਾਸ ਹੈ। ਇਸ ਦੇ ਨਾਲ ਹੀ ਨੈਨੀ ਕੇਅਰ ਕੋਰਸ, ਜੋ ਕਿ 6 ਮੰਥ ਦਾ ਹੈ, ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਸੀਂ ਚਾਈਲਡ ਕੇਅਰ, ਡਿਸੇਬਲਡ ਕੇਅਰ, ਮੈਟਰਨਲ ਕੇਅਰ, ਓਲਡ ਏਜ ਕੇਅਰ ਦੇ ਸਰਟੀਫਿਕੇਟ ਪ੍ਰਾਪਤ ਕਰਦੇ ਹੋ, ਜਿਸ ਦੇ ਤਹਿਤ ਤੁਸੀਂ ਵਿਦੇਸ਼ਾਂ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਐਡਮਿਸ਼ਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਪਤੇ 'ਤੇ ਸੰਪਰਕ ਕਰੋ। ਧੰਨਵਾਦ।